ਇੱਕ ਸ਼ਰਾਬੀ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਤਸ਼ੱਦਦ ਕੀਤਾ ਗਿਆ। ਖਾਧੀ ਪੀਤੀ ਦੇ ਵਿੱਚ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ, ਫਿਰ ਉਸਦੇ ਸਿਰ ਉੱਪਰ ਪ੍ਰੈਸ ਮਾਰੀ। ਜ਼ਖਮੀ ਹੋਈ ਪਤਨੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ 50% ਸਰੀਰ ਆ ਜਿਹੜਾ ਪਤਨੀ ਦਾ ਝੁਲਸ ਗਿਆ। ਇਸ ਘਟਨਾ ਨੂੰ ਅੰਜਾਮ ਦੇ ਕੇ ਪਤੀ ਮੌਕੇ ਤੋਂ ਫਰਾਰ ਹੋ ਗਿਆ। ਹੁਣ ਪਤਨੀ ਨੂੰ PGI ਦੇ ਵਿੱਚ ਰੈਫਰ ਕੀਤਾ ਗਿਆ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਲੜਾਈ ਮੌਕੇ ਪਤਨੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਪਤੀ ਦੇ ਵੱਲੋਂ ਉਸਦੇ ਕੱਪੜਿਆਂ ਨੂੰ ਅੱਗ ਲਗਾਈ ਗਈ। ਚੀਕ ਚਿਹਾੜਾ ਰੌਲਾ ਰੱਪਾ ਪੈ ਗਿਆ। ਆਂਢ ਗੁਆਂਢ ਦੇ ਲੋਕ ਮੌਕੇ ਤੇ ਇਕੱਠੇ ਹੋਏ, ਆਰੋਪੀ ਪਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਆਂਢ ਗੁਆਂਢ ਦੇ ਲੋਕਾਂ ਦੇ ਵੱਲੋਂ ਹਸਪੀਟਲ ਦੇ ਵਿੱਚ ਇਸ ਮਹਿਲਾ ਨੂੰ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਹੁੰਦੀ ਦੇਖ ਉਸ ਨੂੰ PGI ਦੇ ਵਿੱਚ ਰੈਫਰ ਕੀਤਾ ਗਿਆ। ਲੁਧਿਆਣਾ ਦੇ ਅਜੀਤ ਨਗਰ ਦਾ ਇਹ ਮਾਮਲਾ ਹੈ। ਘਰੇਲੂ ਕਲੇਸ਼ ਦੇ ਚੱਲਦੇ ਸ਼ਰਾਬੀ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਤਸ਼ੱਦਦ ਕੀਤਾ ਗਿਆ। ਦੱਸਦੀ ਹੈ ਕਿ ਪਤਨੀ ਉਹ ਸਕੂਲ ਦੇ ਵਿੱਚ ਸਫਾਈ ਦਾ ਕੰਮ ਕਰਦੀ ਹੈ ਔਰ ਆਰੋਪੀ ਪਤੀ ਹੈ ਜਿਹੜਾ ਖੁਦ ਵਿਹਲਾ ਰਹਿੰਦਾ ਹੈ ਔਰ ਘਰ ਦੇ ਵਿੱਚ ਕਲੇਸ਼ ਕਰਦਾ ਰਹਿੰਦਾ ਹੈ। ਤਾਂ ਦੱਸਿਆ ਜਾ ਰਿਹਾ ਕਿ 50% ਸਰੀਰ ਆ ਜਿਹੜਾ ਇਸ ਮਹਿਲਾ ਦਾ ਝੁਲਸ ਗਿਆ ਔਰ ਇਸ ਘਟਨਾ ਨੂੰ ਅੰਜਾਮ ਦੇ ਕੇ ਆਪਣੀ ਪਤਨੀ ਨੂੰ ਜ਼ਖਮੀ ਕਰਕੇ ਆਪ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਪਤਨੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਨੂੰ PGI ਦੇ ਵਿੱਚ ਰੈਫਰ ਕੀਤਾ ਗਿਆ। ਤਾਂ ਸ਼ਰਾਬੀ ਪਤੀ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ। ਖਾਧੀ ਪੀਤੀ ਦੇ ਵਿੱਚ ਪਹਿਲਾਂ ਆਪਣੀ ਪਤਨੀ ਨੂੰ ਅੱਗ ਲਗਾਈ, ਫਿਰ ਉਸਦੇ ਸਿਰ ਦੇ ਉੱਪਰ ਪ੍ਰੈਸ ਮਾਰੀ। ਮੇਰਾ ਨਾਮ ਸਰ ਹਰਵਿੰਦਰ ਸਿੰਘ, ਮੁਹੱਲਾ ਅਜੀਤ ਨਗਰ, ਸਰਪੰਚ ਅਤੇ ਨੇੜੇ ਮੈਟਰੋ ਮੌਲ ਲੁਧਿਆਣਾ। ਅਤੇ ਸਰ ਇਹ ਨਾ ਮੈਨੂੰ ਜਦੋਂ ਮੈਨੂੰ ਫੋਨ ਗਿਆ ਉੱਥੋਂ ਕਿਸੇ ਮੁਹੱਲੇ ਵਾਲਿਆਂ ਦਾ, ਜਦੋਂ ਇਹਨਾਂ ਦਾ ਜਿਹੜਾ ਹਸਬੈਂਡ ਸੀ ਉਹ ਕੁੱਟਮਾਰ ਕਰਕੇ ਅੱਗ ਲਾ ਕੇ ਇਹਨੂੰ ਭੱਜ ਗਿਆ ਸੀਗਾ ਮੌਕੇ 'ਤੇ। ਉਹ ਤਾਂ ਅਸੀਂ ਜਦੋਂ ਦੇਖਿਆ ਮੌਕਾ ਜਾ ਕੇ ਸੰਭਾਲਿਆ, ਮੁਹੱਲਾ ਇਕੱਠਾ ਕੁੱਠਾ ਕੀਤਾ ਅਤੇ ਉਦੋਂ ਦਾ ਨੱਠ ਗਿਆ ਸੀਗਾ। ਪਰ ਇਹ ਹੈ ਬਹੁਤ ਮਾੜੀ ਘਟਨਾ ਵਾ ਅਤੇ ਮੀਆਂ ਬੀਬੀ ਦੀ ਆਪਸ ਵਿੱਚ ਕੋਈ ਹੋਣੀ ਤਤਕਾਰ ਹੋਣੀ ਹੈ ਵਿੱਚ ਲੜਾਈ ਪੈਦਾ, ਅਤੇ ਆਪ ਜਿਹੜਾ ਬੰਦਾ ਉਹ ਵਿਹਲਾ ਕੰਮ ਕੋਈ ਨਹੀਂ ਕਰਦਾ ਜਿਹੜਾ ਉੱਥੇ ਦੱਸਣ ਦੇ ਮੁਤਾਬਕ, ਅਤੇ ਲੇਡੀਜ਼ ਵਿਚਾਰੀ ਕੰਮ ਕਰਕੇ ਸਕੂਲ ਦੇ ਵਿੱਚ ਸਫਾਈ ਸੇਵਕ ਆ ਗਈ ਆ ਅਤੇ ਉਹਦੇ ਵਿੱਚ ਕੰਮ ਕਰਕੇ ਆ ਕੇ ਇਹਨਾਂ ਨੂੰ ਪੇਟ ਪਾਲਦੀ ਹੈ, ਫਿਰ ਵੀ ਉਹ ਲੜਾਈ ਝਗੜੇ ਦੇ ਵਿੱਚ। ਲੇਡੀ ਦਾ ਕੀ ਨਾਮ ਹੈ ਜੀ? ਇਹਦਾ ਕਮਲਜੀਤ ਕੌਰ ਹੈ। ਕਮਲਜੀਤ ਕੌਰ ਆ। ਤੇ ਅੱਜ ਇਹਨੇ ਇਹਨੂੰ ਇਹਦੇ ਹਸਬੰਡ ਨੇ ਆਗ ਉਗ ਲਗਾ ਦਿੱਤੀ ਹੈ। ਹਾਂਜੀ ਹਾਂਜੀ ਸਰ, ਹਾਂਜੀ। ਤੇ ਅਸੀਂ ਮੌਕੇ ਤੇ ਗਏ ਆ ਵੀ ਪੁਲਿਸ ਬੁਲਾਈ ਆ ਤੇ ਐਂਬੂਲੈਂਸ ਨੂੰ ਫੋਨ ਕੀਤਾ, ਪਰ ਲੁਧਿਆਣਾ ਸਾਡਾ ਇੱਕ ਇੱਦਾਂ ਦਾ ਵੀ ਜਿਹੜੀ ਐਂਬੂਲੈਂਸ ਵੀ ਨਹੀਂ ਭੇਜਦੀ ਗੀ, ਮੌਕੇ ਤੇ ਕੋਈ ਐਂਬੂਲੈਂਸ ਨਹੀਂ ਆਈ, ਅਸੀਂ ਆਟੋ ਕਰਕੇ ਭੇਜਿਆ ਇਹਨਾਂ ਨੂੰ। ਅੱਗ ਤੋਂ ਇੱਦਾਂ ਨਾ ਉੱਥੇ ਲੇਡੀ ਇਕੱਠੀਆਂ ਕਰ ਲਈਆਂ, ਫਿਰ ਕੋਈ ਕੱਪੜਾ ਕੁਪੜਾ ਪਾ ਕੇ ਅਸੀਂ ਅੱਗ ਉੱਗ ਤਾਂ ਬੁਝਾ ਦਿੱਤੀ, ਕਾਫੀ ਮਤਲਬ ਬੈਗ ਉਹਦੀ ਕਾਫੀ ਸੜ ਚੁੱਕੀ ਆ। ਸਿਰ ਤੇ ਪ੍ਰੈਸ ਵੀ ਮਾਰੀ ਹੈ ਜੀ, ਪ੍ਰੈਸ ਵੀ ਉੱਥੇ ਮੌਕੇ ਤੇ ਅਸੀਂ ਦੇਖਿਆ ਟੁੱਟੀ ਪਈ ਸੀਗੀ, ਜਿਹੜੀ ਉਹ ਪੁਲਿਸ ਨੇ ਕਬਜ਼ੇ 'ਚ ਵਿੱਚ ਲੈ ਲਈ ਹੈ। ਅੱਗੇ ਹਾਂ ਪਹਿਲਾਂ ਉਹ ਇਹਨਾਂ ਦੀ ਵੱਡੀ ਗੁੜੀਆ ਹੈਗੀ ਜੀ, ਉਹਦੇ ਦੱਸਣ ਮੁਤਾਬਕ ਵੀ ਅੱਗੇ ਵੀ ਕਹਿੰਦੀ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਸੀ ਘਰ ਦੇ ਵਿੱਚ, ਮਤਲਬ ਇਹਨਾਂ ਦਾ ਅੱਜ ਵੀ ਕੋਈ ਜ਼ਿਆਦਾ ਹੋ ਗਿਆ ਹੋਣਾ ਜੀ। ਹਾਂ ਕੁਛ ਨਹੀਂ, ਮੈਂ ਆਪਣੇ ਕੰਮ ਤੇ ਗਈ ਸੀ। ਮੈਂ ਤੇ ਮੇਰੀ ਭੈਣ ਤੇ ਮੰਮੀ, ਇਹਨੂੰ ਮੰਮੀ ਸਕੂਲ ਜਾਂਦੇ ਆ ਤੇ ਡੈਡੀ ਕਿਤੇ ਕੰਮ ਨਹੀਂ ਕਰਦੇ, ਤੇ ਫਿਰ ਵੀ ਡੈਡੀ ਮੰਮੀ ਨੂੰ ਸਕੂਲੋਂ ਲੈ ਕੇ ਆਏ ਤੇ ਉਹਨਾਂ ਨੂੰ ਪਹਿਲਾਂ ਕੁੱਟਿਆ ਵਾ, ਇਹ ਪ੍ਰੈਸਾਂ ਮਾਰ ਕੇ। ਮੇਰੀਆਂ ਦੋ ਛੋਟੀਆਂ ਭੈਣਾਂ ਵਾ ਤੇ ਉਹ ਵਿਚਾਰੀਆਂ ਛੁਡਾਉਂਦੇ ਰਹੇ, ਪਰ ਉਹਨਾਂ ਨੇ ਵੀ ਵਿੱਚੇ ਕੁੱਟਿਆ। ਤੇ ਫਿਰ ਮੇਰੀ ਮੰਮੀ ਆਪਣੇ ਆਪ ਦਾ ਬਚਾਅ ਕਰਦੀ ਰਹੀ, ਪਰ ਨਹੀਂ, ਉਹਨੇ ਪਹਿਲਾਂ ਮੰਮੀ ਨੂੰ ਕੁੱਟਿਆ, ਪ੍ਰੈਸਾਂ ਮਾਰ ਮਾਰ ਕੇ ਸਿਰ ਪਾੜਿਆ ਦੋ ਤਿੰਨ ਥਾਵਾਂ ਤੋਂ, ਫਿਰ ਉਹਨਾਂ ਨੂੰ ਅੱਗ ਲਾ ਤੀ, ਕੱਪੜਿਆਂ ਸਣੇ ਅੱਗ ਲਾ ਤੀ।
ਨਹੀਂ ਕੱਪੜਿਆਂ ਨਾਲ ਕੱਪੜਿਆਂ ਨੂੰ ਅੱਗ ਲਾਤੀ, ਸਾਰਾ ਸਰੀਰ ਹੀ ਪਿੱਛੋਂ ਸੜ ਗਿਆ। ਹੁਣ ਤੁਸੀਂ ਕੀ ਚਾਹੁੰਦੇ? ਇਨਸਾਫ ਚਾਹੁੰਦੇ ਹਾਂ। ਸੰਬੰਧਿਤ ਥਾਣੇ ਤੇ ਕੰਪਲੇਂਟ ਦੇਣ ਦਿੱਤੀ ਉਹਨਾਂ ਨੇ ਦਿੱਤੀ, ਜਿਹੜੇ ਸਾਡੇ ਨਾਲ ਮੁਹੱਲੇ ਵਾਲੇ ਆ ਨਾ ਉਹਨਾਂ ਨੇ ਸਾਰੇ ਨਾਲ ਸਾਡੇ ਹੈਲਪ ਕੀਤੀ ਆ। ਪਹਿਲਾਂ ਵੀ ਤੁਹਾਨੂੰ ਚਾਂਸ ਮਿਲਿਆ? ਨਹੀਂ ਪਹਿਲਾਂ ਨਹੀਂ, ਕਦੀ ਹੋਣੀ ਪਤਾ ਨਹੀਂ। ਤੇ ਮੰਮੀ ਕੀ ਕੰਮ ਕਰਦੇ? ਮੰਮੀ ਮੇਰੇ ਉੱਥੇ ਪੀਅਨ ਦਾ ਕੰਮ ਕਰਦੇ, ਉਹਦੇ ਸਾਫ ਸਫਾਈ ਦਾ, ਨਰਾਇਣ ਸਕੂਲ ਚ। 6 ਭੈਣਾਂ? ਹਾਂਜੀ 6 ਭੈਣਾਂ। ਸਭ ਤੋਂ ਵੱਡੇ ਤੁਸੀਂ? ਹਾਂਜੀ ਸਭ ਤੋਂ ਵੱਡੇ ਮੈਂ, ਅਸੀਂ ਘਰ ਨਹੀਂ ਆ, ਦੋਵੇਂ ਛੋਟ ਵੱਡੀਆਂ। ਕਿੰਨੇ ਚਿਰ ਹੋਇਆ ਗਿਆ ਜਦ ਕੀ ਕਹਿੰਦੇ ਕਰਕੇ? ਮੰਮੀ ਉਹਨਾਂ ਦੇ ਨੂੰ 22-23 ਸਾਲ ਹੋ ਗਏ। ਪਹਿਲੇ ਪਹਿਲਾ ਚਾਂਸ? ਹਾਂਜੀ। ਕੁੱਟਮਾਰ ਪਹਿਲਾਂ ਵੀ ਕਰਦੇ ਸੀ? ਕੁੱਟਮਾਰ ਪਹਿਲਾਂ ਵੀ ਕਰਦੇ ਸੀ, ਪਰ ਇਦਾਂ ਦਾ ਨਹੀਂ ਕਦੀ ਚਾਂਸ ਆ, ਪਹਿਲੀ ਵਾਰ ਕੀਤਾ। ਮੇਰਾ ਨਾਮ ਕੁਲਵੰਤ ਸਿੰਘ ਹੈ ਜੀ, ਪਿੰਡ ਬੁਰਜਮਾਨ ਕੌਰ, ਜ਼ਿਲ੍ਹਾ ਲੁਧਿਆਣਾ। ਮੈਨੂੰ ਵੀ ਪਤਾ ਲੱਗਿਆ, ਫੋਨ ਗਿਆ ਕਿਸੇ ਹੋਰ ਬੰਦੇ ਤੋਂ, ਤੀਸਰੇ ਬੰਦੇ ਤੋਂ, ਵੀ ਇਸ ਤਰ੍ਹਾਂ ਹੋ ਗਈ ਗੱਲਬਾਤ, ਤੇ ਅਸੀਂ ਉੱਥੋਂ ਇਸ ਤਰ੍ਹਾਂ ਭੱਜੇ ਹਾਂ। ਮੇਰੀ ਹੈਗੀ ਸਗੀ ਭਾਣਜੀ, ਤੇ ਸਾਨੂੰ ਪਤਾ ਲੱਗਿਆ ਅਸੀਂ ਆਏ ਹਾਂ। ਹੁਣ ਆ ਕੇ ਇਹ ਪਤਾ ਲੱਗਿਆ ਵੀ ਉਹਨੂੰ ਸਾੜਿਆ ਗਿਆ, ਦੇਖਿਆ ਤੇ ਸੱਟ ਸੁੱਟ ਵੱਜੀ ਆ ਮੱਥੇ ਦੇ ਵਿੱਚ। ਇਹ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਵੀ ਉਹ ਕੋਈ ਕੰਮ ਨਹੀਂ ਕਰਦਾ ਤੇ ਕੁੱਟਮਾਰ ਕਰਦਾ, ਵਿਹਲਾ ਰਹਿੰਦਾ ਤੇ ਉਹਨੂੰ ਵੀ ਕੰਮ ਨਹੀਂ ਕਰਨ ਦਿੰਦਾ। ਉਹ ਆਪਦਾ ਗੁਜ਼ਾਰਾ ਕਰਦੀ ਆ, ਕੁੜੀਆਂ ਨੂੰ ਆਪਦੇ ਕੰਮ ਪੜ੍ਹਾਈ ਕਰਾਉਂਦੀ ਆ, ਉਹਨਾਂ ਦੀ ਪੜ੍ਹਦੀਆਂ ਵਿਚਾਰੀਆਂ, ਉਹਨਾਂ ਦਾ ਗੁਜ਼ਾਰਾ ਕਰਦੀ ਆ। ਉਹਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਬਹੁਤ ਵਾਰ ਹੋਇਆ ਜੀ, ਬਹੁਤ ਪਹਿਲਾਂ ਤਲਵੰਡੀ ਰਹਿੰਦੀ ਸੀ ਆਪਦੀ ਭੈਣ ਕੋਲ, ਉੱਥੇ ਵੀ ਇਹੀ ਕੁਛ ਹੋਇਆ।